ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਇੱਕ ਵਾਰ ਇੱਕ ਰਾਜਾ ਸੀ, 20 ਸਾਲ ਦਾ ਹੋਇਆ ਤਾਂ ਮਨ ਵਿੱਚ ਆਇਆ ਵੀ ਮੈਂ ਪੂਰੇ ਸੰਸਾਰ ਨੂੰ ਜਿੱਤਣਾ। ਜਿੱਤਦਾ ਜਿੱਤਦਾ ਅੱਗੇ ਵੱਧਦਾ ਗਿਆ। ਹੁਣ ਵਾਰੀ ਫਿਰ ਹਿੰਦੁਸਤਾਨ ਦੀ ਸੀ। ਇੱਥੋਂ ਦੇ ਲੋਕ ਕਹਿਣੀ ਕਰਨੀ ਦੇ ਪੂਰੇ ਸਨ, ਧਰਮ ਦੇ ਪ੍ਰਤੀ ਬੜੇ ਵਫ਼ਾਦਾਰ ਸੀ ਅਤੇ ਰਾਜੇ ਪੋਰਸ ਨੇ ਉਹਨੂੰ ਬੜੀ ਮੁਸ਼ਕਿਲ ਨਾਲ ਹਰਾਇਆ। ਉਹ ਉੱਥੋਂ ਵਾਪਸ ਚਲਾ ਗਿਆ। 12 ਸਾਲ ਲੱਗ ਗਏ ਉਹਨੂੰ ਇਹੀ ਕੰਮ ਕਰਦੇ। ਲੰਘਦੇ ਲੰਘਦੇ ਸਮੁੰਦਰ ਦੇ ਰਸਤੇ ਗਿਆ, ਠੰਡੇ ਪਾਣੀ ਨਾਲ ਨਹਾਉਣ ਕਾਰਨ ਲਾ ਇਲਾਜ ਬਿਮਾਰੀ ਲੱਗ ਗਈ। ਕੋਈ ਦਵਾਈ ਨੇ ਅਸਰ ਹੀ ਨਾ ਕੀਤਾ, ਦਵਾਈ ਉਹ ਜੋ ਸੀ ਅਸਰ ਨਾ ਕੀਤਾ ਅਤੇ ਫਿਰ ਰੋਗ ਦੇ ਨਾਲ ਗ੍ਰਸਤ ਰਿਹਾ। ਉਸ ਸਮੇਂ ਇੱਕ ਮਨੁੱਖ ਬੜੀ ਭਵਿੱਖਬਾਣੀ ਕਰਦਾ ਸੀ। ਉਸ ਰਾਜੇ ਨੇ ਉਹਨੂੰ ਬੁਲਾਇਆ ਅਤੇ ਕਹਿੰਦਾ ਵੀ ਦੱਸ ਮੇਰੇ ਕੋਲ ਕਿੰਨੇ ਕੁ ਸਵਾਸ ਬਾਕੀ ਨੇ, ਕਦੋਂ ਮੇਰਾ ਦਮ ਨਿਕਲੇਗਾ? ਤੂੰ ਮੈਨੂੰ ਸਹੀ ਸਹੀ ਦੱਸ, ਤੂੰ ਲੋਕਾਂ ਦੀ ਭਵਿੱਖਬਾਣੀਆਂ ਕਰਦਾ, ਕਦੋਂ ਮੇਰਾ ਆਖਰੀ ਦਮ ਨਿਕਲਣਾ? ਉਹਨੇ ਜੋ ਮਨੁੱਖ ਸੀ ਉਹਨੇ ਦੱਸਿਆ ਵੀ ਤੇਰੇ ਸਵਾਸ ਉਦੋਂ ਨਿਕਲਣਗੇ ਜਦੋਂ ਇਹ ਧਰਤੀ ਲੋਹੇ ਦੀ ਬਣ ਜਾਏਗੀ ਅਤੇ ਅਸਮਾਨ ਸੋਨੇ ਦੇ ਬਣ ਜਾਵੇਗਾ। ਇਹ ਸੁਣਨ ਵਿੱਚ ਹੀ ਬੜਾ ਅਜੀਬ ਜਿਹਾ ਲੱਗਾ ਵੀ ਐਵੇਂ ਦਾ ਤਾਂ ਕੁਝ ਹੋਣਾ ਹੀ ਨਹੀਂ, ਐਵੇਂ ਦਾ ਕੁਝ ਹੋ ਸਕਦਾ। ਇੱਕ ਦਿਨ ਉਹ ਘੋੜੇ 'ਤੇ ਜਾ ਰਿਹਾ ਸੀ। ਘੋੜਾ ਬੜੀ ਕਾਹਲੀ ਨਾਲ ਤੇਜ਼ ਤੇਜ਼ ਪਲਾਂਘਾ ਪੁੱਟ ਰਿਹਾ ਸੀ। ਉਹ ਜਦੋਂ ਕੁਝ ਅੱਗੇ ਗਿਆ ਤਾਂ ਜੋ ਸੀ ਰਾਜਾ ਸੀ ਉਹ ਥੱਲੇ ਡਿੱਗ ਕੇ ਅਤੇ ਬੇਹੋਸ਼ ਹੋ ਗਿਆ। ਜੋ ਉਹਦੇ ਨਾਲ ਸਨ ਹੁਣ ਦੂਰ ਦੂਰ ਤੱਕ ਕੁਝ ਨਹੀਂ ਸੀ ਅਤੇ ਜੋ ਧਰਤੀ ਸੀ ਉਹ ਬੜੀ ਹੋਈ ਭੱਖਦੀ ਪਈ ਸੀ। ਉਹਨਾਂ ਕੀ ਕੀਤਾ ਕਿ ਨਾਲ ਜੋ ਲੋਹੇ ਦਾ ਪੱਤਰਾ ਸੀ ਉਹ ਥੱਲੇ ਵਿਛਾ ਦਿੱਤਾ, ਜੋ ਸੋਨੇ ਦੇ ਉਹਦੇ ਕੋਲ ਢਾਲ ਸੀ ਉਹ ਬਰਛੇ ਨਾਲ ਟੰਗ ਕੇ ਅਤੇ ਉਹਦੇ ਉੱਪਰ ਉਹਨੂੰ ਛਾਂ ਕਰ ਦਿੱਤੀ। ਜਦੋਂ ਹੋਸ਼ ਆਇਆ ਤਾਂ ਦੇਖਿਆ ਵੀ ਲੋਹੇ ਦੀ ਸੇਜ 'ਤੇ ਉਹ ਉੱਪਰ ਪਿਆ ਹੋਇਆ ਅਤੇ ਸੋਨੇ ਰੰਗੀਆਂ ਕਿਰਨਾਂ ਉਹਦੇ ਉੱਤੇ ਆ ਰਹੀਆਂ ਨੇ। ਇਹ ਦੇਖ ਕੇ ਅੱਖਾਂ ਵਿੱਚ ਨੀਰ ਵਗਣ ਲੱਗ ਪਿਆ। ਕਿਹਾ ਵੀ ਕਿਸੇ ਵੈਦ ਨੂੰ ਬੁਲਾਓ ਅਤੇ ਦੱਸੋ ਵੀ ਮੈਨੂੰ ਠੀਕ ਕਰੋ ਅਤੇ ਮੈਂ ਆਪਣੀ ਮਾਂ ਕੋਲ ਜਾ ਕੇ ਦੱਸ ਸਕਾਂ ਵੀ ਮੈਂ ਇਹ ਸੰਸਾਰ ਕਿਵੇਂ ਜਿੱਤਿਆ। ਵੈਦ ਨੂੰ ਕਿਹਾ ਜੇ ਤੂੰ ਮੈਨੂੰ ਠੀਕ ਕਰ ਦੇਂਗਾ ਨਾ ਮੇਰਾ ਅੱਧਾ ਰਾਜਪਾਠ ਤੇਰਾ ਹੋ ਜਾਵੇਗਾ। ਉਹ ਵੈਦ ਅੱਗੋਂ ਕੁਝ ਵੀ ਨਾ ਬੋਲਿਆ। ਰਾਜਾ ਫਿਰ ਕਹਿੰਦਾ ਤੂੰ ਸਾਰਾ ਰਾਜਪਾਠ ਰੱਖ ਲੈ, ਮੈਂ ਜਿੱਥੋਂ ਸ਼ੁਰੂ ਕੀਤਾ ਸੀ ਮੈਂ ਉੱਥੇ ਹੀ ਰਹਿ ਲਵਾਂਗਾ। ਉਹ ਵੈਦ ਫਿਰ ਵੀ ਨਾ ਕੁਝ ਬੋਲਿਆ। ਵੈਦ ਕਹਿੰਦਾ ਅਸੀਂ ਕੁਝ ਨਹੀਂ ਕਰ ਸਕਦੇ, ਅਸੀਂ ਤਾਂ ਇੱਕ ਸਵਾਸ ਨਹੀਂ ਤੈਨੂੰ ਦੇ ਸਕਦੇ। ਉਹ ਰਾਜਾ ਬਹੁਤ ਰੋਇਆ ਅਤੇ ਕਹਿੰਦਾ ਵੀ ਮੇਰਾ ਇੰਨਾ ਜਿੱਤਿਆ ਹੋਇਆ ਰਾਜ ਜੇ ਮੈਨੂੰ ਇੱਕ ਸਵਾਸ ਵੀ ਨਹੀਂ ਬਖਸ਼ ਸਕਦਾ ਤਾਂ ਫਿਰ ਹੈ ਕਾਹਦਾ? ਆਪਾਂ ਰੋਜ਼ 24,000 ਸਵਾਸ ਲੈਂਦੇ ਹਾਂ ਅਤੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵਿਅਰਥ ਗਵਾ ਰਹੇ ਹਾਂ। ਬੜੀ ਮੁਸ਼ਕਿਲ ਨਾਲ ਆਪਾਂ ਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੁੰਦਾ ਜਿਸ ਦੀ ਵੈਲਿਊ ਆਪਾਂ ਜਾਣਦੇ ਨਹੀਂ, ਅਤੇ ਇਹੀ ਸੱਚ ਹੈ। ਜਿਵੇਂ ਆਪਾਂ ਘਰ ਬਣਾਉਂਦੇ ਹਾਂ ਇੱਟਾਂ ਜੋੜ ਜੋੜ ਕੇ, ਉਵੇਂ ਆਪਣਾ ਸਰੀਰ ਬਣਿਆ ਪਤਾ 14 ਖਰਬ ਸੈੱਲਾਂ ਦਾ ਜੋੜ ਕੇ ਬਣਿਆ ਹੈ। ਇੰਨੀ ਤਾਂ ਆਪਾਂ ਗਿਣਤੀ ਵੀ ਕਰਨੀ ਔਖੀ ਹੈ। 9 ਮਹੀਨੇ ਦੇ ਅੰਦਰ ਅੰਦਰ ਪਰਮਾਤਮਾ ਕਿੰਨਾ ਸੋਹਣਾ ਸਰੀਰ ਬਣਾ ਕੇ ਸਾਨੂੰ ਦਿੰਦਾ। ਇੰਨੀ ਕੀਮਤੀ ਸਰੀਰ ਹੈ ਜੋ ਪਰਮਾਤਮਾ ਨੇ ਸਾਨੂੰ ਦਿੱਤਾ। ਇਹ ਸਰੀਰ ਸਿਰਫ ਖਾਓ ਪੀਓ ਤੋਂ ਐਸ਼ ਕਰਨ ਵਾਲੀ ਨੀਤੀ ਲਈ ਨਹੀਂ ਦਿੱਤਾ। ਹੁੰਦਾ ਕੀ ਇਹ ਵੀ ਜੇ ਜੀਵਨ ਵਿਅਰਥ ਹੀ ਗਵਾ ਲਿਆ ਤਾਂ ਜੋ ਆਪਾਂ ਕਰਮ ਕੀਤੇ ਨੇ ਫਿਰ ਉਹ ਭੁਗਤਣੇ ਪੈਣੇ ਨੇ। ਫਿਰ ਆਪਾਂ ਉਦੋਂ ਰੋਂਦੇ ਹਾਂ ਜਦੋਂ ਆਪਾਂ ਕਰਮ ਭੁਗਤਣੇ ਪੈਂਦੇ ਨੇ। ਇਸ ਲਈ ਇਹ ਸਰੀਰ ਲੇਖੇ ਵਿੱਚ ਲੱਗਣਾ ਚਾਹੀਦਾ। ਜਦੋਂ ਵੀ ਨਾਮ ਜਪਣ ਨੂੰ ਮਨ ਨਾ ਕਰੇ ਤਾਂ ਯਾਦ ਕਰ ਲਿਓ ਵੀ ਇਹ ਜਨਮ ਇਹ ਸਰੀਰ ਕਿਸ ਲਈ ਮਿਲਿਆ, ਦੁੱਖ ਭੋਗਣੇ ਆ ਜਾਂ ਫਿਰ ਸੁੱਖ। ਬਸ ਇਹ ਸੋਚ ਆਪਣੇ ਅੰਦਰ ਰੱਖ ਲਿਓ, ਆਪੇ ਨਾਮ ਜਪਣ ਨੂੰ ਮਨ ਕਰੇਗਾ ਅਤੇ ਆਪਣੀ ਧਰਤੀ 'ਤੇ ਆਉਣ ਦੀ ਕੀਮਤ ਵੀ ਪਤਾ ਲੱਗ ਜਾਏਗੀ। ਇਸ ਲਈ ਆਓ ਨਾਮ ਜਪੀਏ ਅਤੇ ਹੋਰਾਂ ਨੂੰ ਨਾਮ ਜਪਣ ਲਈ ਪ੍ਰੇਰੀਏ।